ਲੋ ਵੀ ਤੁਹਾਨੂੰ ਲਾਇਆ ਮੁੰਡੇ ਨੂੰ ਸਪੈਸ਼ਲ ਟਰੈਕਟਰ ਬੇਲਾਰੂ ਸਾਡਾ ਪੱਠਿਆਂ ਦਾ ਕੰਮ ਕਰਦਾ ਹੈ ਖੇਤੀਬਾੜੀ ਦੇ ਬਾਈ ਤੇ ਸਾਹਣ ਆ ਕਹਿੰਦੇ ਇਹ ਟਰੈਕਟਰ ਪੂਰਾ ਮੇਰੇ ਵੀਰੇ ਹੋ ਜਨਮ ਦਿਨ ਅੱਜ ਸਾਡੇ ਬੇਲਾਰੂਸ ਦਾ ਆਇਆ ਅੱਜ ਦੇ ਦਿਨ ਲੈ ਕੇ ਆਏ ਸੀਗੇ ਐਨ ਚੰਗੀ ਤਰ੍ਹਾਂ ਧੋ ਦੇ ਸ਼ੇਰਾ ਆਲੇ ਦੁਆਲੇ ਦੇਖੋ ਪਹਾੜੀਆਂ ਦੇ ਬਰਫ ਹੀ ਬਰਫ ਪਈ ਆ ਉਹ ਸਾਡਾ ਘਰ ਆ ਸਾਹਮਣੇ ਬੇਲਾਰੂਸ ਦੇਖੋ ਬਾਕੀ ਇਹ ਮੁੰਡਾ ਸਪੈਸ਼ਲ ਪਿੰਡ ਵੀ ਮੈਨੂੰ ਲੱਗਦਾ ਇਹੀ ਕੰਮ ਕਰਦਾ ਸੀ ਧੋਣ ਦਾ ਬੜੀ ਨੌਲੇਜ ਹੈ ਇਸ ਮੁੰਡੇ ਨੂੰ ਕੰਮ ਦੀ ਚੰਗੀ ਤਰ੍ਹਾਂ ਉਹ ਸੀਟ 'ਤੇ ਨਾ ਮਾਰੀ ਗਿੱਲੀ ਹੋ ਜਾਣੀ ਆ ਉਹ ਆਲੇ ਦੁਆਲੇ ਦੇ ਬਾਕੀ ਤੁਹਾਨੂੰ ਦਿਖਾਲਦੇ ਹਾਂ ਬਾਹਰ ਪਹਾੜੀ ਏਰੀਆ ਪੂਰਾ ਉਹ ਕਣਕ ਆ ਸਾਹਮਣੇ ਹਲੇ ਬਹੁਤ ਛੋਟੀ ਛੋਟੀ ਆਪਣੇ ਆਪਣੇ ਆਹ ਚੱਲਦਾ ਮਾਰਚ ਅਗਲੇ ਮਹੀਨੇ ਵੱਢ ਵੀ ਹੋਣ ਲੱਗ ਪਈਆਂ ਕਣਕਾਂ ਇੱਧਰ ਹਜੇ ਨਹੀਂ ਹੈਗੀ ਆ ਬਾਹਲੀ ਛੋਟੀ ਆ ਕਣਕ ਹਜੇ ਕਿਉਂਕਿ ਬਰਫ਼ ਪੈ ਜਾਂਦੀ ਉਹਦੇ ਨਾਲ ਕੰਮ ਖਰਾਬ ਹੋ ਜਾਂਦਾ ਉਹ ਫਾਰਮ ਆ ਸਾਡਾ ਆਹ ਰੋਡ ਮੇਨ ਇੱਧਰਲਾ ਹੋ ਗਿਆ ਦੁੱਧ ਵਾਲਾ ਟਰੱਕ ਵੀ ਆ ਗਿਆ ਆ ਬੇਲਾਰੂਸ ਬਹੁਤ ਪੁਰਾਣਾ ਮਾਡਲ ਆ ਇਹ 95 ਮਾਡਲ ਆ 95 ਦੇਖ ਲਓ ਮਾਲਕ ਨੇ ਸਾਂਭ ਕੇ ਰੱਖਿਆ 95 ਲੋ ਵੀ ਦੁੱਧ ਵਾਲੀ ਗੱਡੀ ਵੀ ਆ ਗਈ ਆ ਆ ਜਗਾੜ ਬਣਾਇਆ ਆ ਭਾਜੀ ਉਹਨਾਂ ਨੇ ਪੱਠੇ ਅੱਗੇ ਕਰਨ ਨੂੰ ਉਹ ਵੀ ਵੀਡੀਓ ਬਣਾਉਣੀ ਆਪਾਂ ਫਿਰ ਦਿਖਾਵਾਂਗੇ ਕਿੱਦਾਂ ਪੱਠੇ ਅੱਗੇ ਕਰਦੇ ਆ ਲੋ ਵੀ ਧੋ ਹੋ ਗਿਆ ਸਾਡਾ ਬੇਲਾਰੂਸ ਦੇਖੋ ਰੰਗ ਕਰਨ ਵਾਲਾ ਹੁਣ ਰਹਿੰਦਾ ਹੈ ਅਤੇ